ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਨੈਚਰ ਲਾਈਫ ਦੇ ਐਪੀਸੋਡ ਦੇ ਵਿੱਚ ਪਿੰਡ ਸੋਢੀ ਵਾਲੇ ਅਸੀਂ ਪਹੁੰਚੇ ਹਾਂ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਖੇਤ ਦੇ ਵਿੱਚ, ਔਰ ਉਹਦੇ ਮੂੰਹ ਦੱਸਣਗੇ ਕਿਸਾਨ ਵੀਰ ਵੀ ਇਹਨਾਂ ਨੂੰ ਕੀ ਫਰਕ ਦੱਸਿਆ ਅੱਗੇ ਨਾਲੋਂ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਸਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਹਰਾਂ ਨੇ ਸਾਨੂੰ ਡੈਮੋ ਵਾਸਤੇ ਕਿਹਾ ਸੀਗਾ ਵੀ ਤੁਸੀਂ ਥੋੜ੍ਹਾ ਜਿਹਾ ਸਾਡੇ ਸਪਰੇਅ ਦਾ ਡੈਮੋ ਕਰੋਗੇ, ਹੈ ਨਾ ਜੀ। ਅਤੇ ਸਾਨੂੰ ਬਹੁਤ ਵਧੀਆ ਦਵਾਈ ਦਾ ਰਿਜ਼ਲਟ ਮਿਲਿਆ ਜੀ। ਅਸੀਂ ਸਭ ਤੋਂ ਪਹਿਲਾਂ ਇਹ ਸਪਰੇਅ ਕੀਤੀ ਸੀ, ਸਾਡੇ ਬੂਟੇ ਸੁੱਕਦੇ ਸੀ, ਤੇਲਾ ਸੀਗਾ, ਠੀਕ ਹੈ ਜੀ। ਇਹ ਸਪਰੇਅ ਕੀਤੀ ਸੀ, ਸਾਨੂੰ ਕੋਈ ਫਰਕ ਨਹੀਂ ਪਿਆ ਜੀ ਬਾਇਰ ਦੀ। ਅਤੇ ਬਾਈਅਰਾਂ ਦੀ ਸਪਰੇਅ ਕੀਤੀ ਅਸੀਂ ਇਸ 3 ਕਿੱਲਿਆਂ 'ਤੇ, ਅਤੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ। ਬਾਕੀ ਅਸੀਂ ਆਹ 3 ਦਵਾਈਆਂ ਕੀਤੀਆਂ ਬਾਈਅਰਾਂ ਦੀ, ਕਰੋਪ ਸ਼ੀਲਡ ਤੇ ਕਰੋਪ ਹੈਟ। ਅੱਜ ਤੋਂ 7 ਦਿਨ ਪਹਿਲਾਂ ਬਾਈ ਨੂੰ ਅਸੀਂ ਪ੍ਰੋਡਕਟ ਦੇ ਕੇ ਗਏ ਸੀ 3 ਕਿੱਲਿਆਂ ਵਾਸਤੇ। ਇਹ 3 ਕਿੱਲਿਆਂ ਜਿਹੜੇ 3 ਕਿੱਲਿਆਂ ਦੇ ਵਿੱਚ ਪਾਇਆ ਸੀ, ਨਾ ਤੇਲਾ ਨਾ ਉੱਲੀ। ਅੱਜ 7 ਦਿਨ ਹੋ ਗਏ, ਬਹੁਤ ਵਧੀਆ ਝੋਨਾ ਨਾਲ ਦੇ ਖੇਤ ਵਿੱਚ ਇਹਨਾਂ ਨੇ ਛੱਡਿਆ ਹੋਇਆ, ਅਤੇ ਇਹਦੇ ਵਿੱਚ ਦੌਗੀਆਂ ਬਾਂਦੀਆਂ ਸ਼ੁਰੂ ਹੋ ਗਈਆਂ ਜਿੱਥੇ ਕਿ ਇਹਨਾਂ ਨੇ ਬਾਹਰ ਦੀ ਕੀਤੀ ਸੀ ਸਪਰੇਅ। ਹੋਰ ਵੀ 2-3 ਫੰਗੀ ਸਾਈਡ ਇਹਨਾਂ ਦੇ ਕੋਲੇ ਵੀ ਆ ਨਾਲ। ਇਸ ਝੋਨੇ ਦੇ ਵਿੱਚ ਕੋਈ ਦੌਗੀ ਨਹੀਂ ਬਣੀ, ਝੋਨਾ ਬਹੁਤ ਵਧੀਆ ਰਿਹਾ। ਨਾਲ ਦੇ ਝੋਨੇ ਦੇ ਵਿੱਚ ਇਹਨਾਂ ਨੇ ਨਹੀਂ ਕੀਤੀ, ਇਹਦੇ ਵਿੱਚ ਦੌਗੀਆਂ ਬਾਂਦੀਆਂ ਸ਼ੁਰੂ ਹੋ ਗਈਆਂ, ਜੋ ਕਿ ਅੱਜ ਅਸੀਂ ਹੋਰ ਪ੍ਰੋਡਕਟ ਇਹਨਾਂ ਨੇ ਮੰਗ ਕੀਤੀ ਸੀ, ਅੱਜ ਅਸੀਂ ਹੋਰ ਪ੍ਰੋਡਕਟ ਦੇਣ ਪਹੁੰਚੇ ਇਹਨਾਂ ਦੇ ਖੇਤ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।